ਗੁੱਡ ਮਾਰਨਿੰਗ ਪੰਜਾਬ, ਤੁਸੀਂ ਵੇਖ ਰਹੇ ਹੋ ਜੀ ਪੰਜਾਬ ਹਰਿਆਣਾ ਹਿਮਾਚਲ। ਮੈਂ ਤੁਹਾਡੇ ਨਾਲ ਕੁਲਵਿੰਦਰ ਕੌਰ ਤੇ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਭ ਤੋਂ ਵੱਡੀ ਤੇ ਮੁੱਖ ਖਬਰ ਦੇ ਨਾਲ। ਅੱਜ ਅਦਾਲਤ ਦੇ ਵਿੱਚ ਸਾਬਕਾ ਮੰਤਰੀ ਆਸ਼ੂ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਪੇਸ਼ ਕਰ ਦਿੱਤਾ ਜਾਏਗਾ। ਦੱਸ ਦੇ ਕਿ ਟੈਂਡਰ ਘੁਟਾਲੇ ਮਾਮਲੇ ਦੇ ਵਿੱਚ ਈਡੀ ਨੇ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਕੀਤੀ ਸੀ ਤਾਂ ਬੀਤੇ ਦਿਨੀ ਪੁੱਛਗਿੱਛ ਦੇ ਮਗਰੋਂ ਆਸ਼ੂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ। ਗ੍ਰਿਫਤਾਰੀ ਦੇ ਮਗਰੋਂ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਆਸ਼ੂ ਦਾ ਮੈਡੀਕਲ ਵੀ ਕਰਵਾਇਆ। ਦੱਸ ਦੇ ਕਿ ਜਲੰਧਰ ਸਥਿਤ ਐਨਫੋਰਸਮੈਂਟ ਡਾਇਰੈਕਟੋਰੇਟ ਦਫ਼ਤਰ ਤੋਂ ਹੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਹੋਈ। 2000 ਕਰੋੜ ਦੇ ਟੈਂਡਰ ਘੁਟਾਲੇ ਦੇ ਇਲਜ਼ਾਮ ਵੀ ਭਾਰਤ ਭੂਸ਼ਣ ਆਸ਼ੂ ਤੇ ਲੱਗੇ ਸੀ ਤਾਂ ਹਿਰਾਸਤ ਦੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਲੈ ਲਿਆ ਗਿਆ। ਤਾਂ ਅੱਜ ਅਦਾਲਤ ਦੇ ਵਿੱਚ ਈਡੀ ਵੱਲੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਪੇਸ਼ ਕੀਤਾ ਜਾਏਗਾ। ਟੈਂਡਰ ਘੁਟਾਲੇ ਮਾਮਲੇ ਦੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਬੀਤੇ ਦਿਨੀ ਕੀਤੀ ਗਈ। ਦੱਸ ਦੇ ਕਿ ਬੀਤੇ ਦਿਨੀ ਪੁੱਛਗਿੱਛ ਦੇ ਮਗਰੋਂ ਭਾਰਤ ਭੂਸ਼ਣ ਆਸ਼ੂ ਜਿਸ ਨੂੰ ਕਿ ਗ੍ਰਿਫਤਾਰ ਕੀਤਾ ਗਿਆ, ਗ੍ਰਿਫਤਾਰੀ ਦੇ ਮਗਰੋਂ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਭਾਰਤ ਭੂਸ਼ਣ ਆਸ਼ੂ ਦਾ ਮੈਡੀਕਲ ਵੀ ਕਰਵਾਇਆ। ਤਾਂ ਬੀਤੇ ਦਿਨੀ ਉਹਨਾਂ ਨੂੰ ਪੇਸ਼ ਕੀਤਾ ਗਿਆ ਸੀ, ਉਹ ਪੇਸ਼ ਹੋਏ ਸੀਗੇ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ। ਤਾਂ ਪੁੱਛਗਿੱਛ ਤੋਂ ਬਾਅਦ ਉਹਨਾਂ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਗਿਆ ਸੀ। ਭਾਰਤ ਭੂਸ਼ਣ ਆਸ਼ੂ ਜੀ ਨੂੰ, ਠੀਕ ਹੈ, ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਦੇ ਅੰਡਰ ਜੋ ਟੈਂਡਰ ਸਕੈਮ ਵਾਲਾ ਕੇਸ ਆ ਉਹ 'ਚ ਅਰੈਸਟ ਕੀਤਾ ਹੈ, ਤੇ ਅਸੀਂ ਪ੍ਰੋਪਰ ਬਰੀਫ ਰਾਈਟਿੰਗ ਦੇ ਵਿੱਚ ਪ੍ਰੈਸ ਨੂੰ ਇਸ਼ੂ ਕਰਦਾਂਗੇ। ਮੈਂ ਕਹਿ ਰਿਹਾ ਕਿ ਜੋ ਪ੍ਰੋਪਰ ਹਾਂ ਆਫੀਸ਼ੀਅਲੀ ਅਰੈਸਟ ਕੀਤਾ ਤੇ ਬਰੀਫ ਹੈ ਜੋ ਆਫੀਸ਼ੀਅਲੀ ਅਸੀਂ ਤੁਹਾਨੂੰ ਮੀਡੀਆ ਦੇ ਵਿੱਚ ਪ੍ਰੈਸ ਰਿਲੀਜ਼ ਦੇ ਦਾਂਗੇ। ਇਸੇ ਖਬਰ ਤੇ ਵਧੇਰੇ ਗੱਲਬਾਤ ਦੇ ਲਈ ਸਾਡੇ ਸਹਿਯੋਗੀ ਮਨੋਜ ਜੋਸ਼ੀ ਜੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਵਧੇਰੇ ਗੱਲਬਾਤ ਉਹਨਾਂ ਤੋਂ ਕਰਾਂਗੇ, ਜਾਣਕਾਰੀ ਮਨੋਜ ਜੋਸ਼ੀ ਜੀ ਤੋਂ ਲਵਾਂਗੇ। ਤਾਂ ਜੋਸ਼ੀ ਜੀ, ਜਿਸ ਤਰੀਕੇ ਦੇ ਨਾਲ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਹੁੰਦੀ ਆ, ਹਾਲਾਂਕਿ 2 ਦਿਨ ਪਹਿਲਾਂ ਹੀ ਉਹਨਾਂ ਨੂੰ ਸੰਮਨ ਜਾਰੀ ਹੁੰਦੇ ਨੇ, 2 ਦਿਨਾਂ ਬਾਅਦ ਉਹਨਾਂ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਪੇਸ਼ ਹੋਣ ਦੇ ਹੁਕਮ ਦਿੰਦੀ ਹੈ, ਉਹ ਪੇਸ਼ੀ ਦੇ ਲਈ ਆਉਂਦੇ ਨੇ। ਉਸ ਤੋਂ ਬਾਅਦ ਹਿਰਾਸਤ ਦੇ ਵਿੱਚ ਤੁਰੰਤ ਲੈ ਲਿਆ ਜਾਂਦਾ ਤੇ ਅੱਜ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ। ਕੀ ਕੁਝ ਹੋਰ ਅਹਿਮ ਜਾਣਕਾਰੀ ਆ ਰਹੀ ਹੈ? ਦੇਖੋ ਕੁਲਵਿੰਦਰ, ਆਪਾਂ ਗੱਲ ਕਰੀਏ, ਇਹ ਜਿਹੜਾ ਸਾਰਾ ਕੇਸ ਹੈਗਾ ਆ, ਇਹ ਪੂਰਾ ਕੇਸ ਪੰਜਾਬ ਵਿਜੀਲੈਂਸ ਬਿਊਰੋ ਜਿਹੜਾ ਸੀਗਾ ਉਹਨੇ ਪਿਛਲੇ ਸਾਲ ਇਸੀ ਅਗਸਤ ਦੇ ਮਹੀਨੇ ਵਿੱਚ ਇਹ ਕੱਢਿਆ ਸੀਗਾ ਕਿ ਸ਼ਿਕਾਇਤਾਂ ਆਈਆਂ ਸੀਗੀਆਂ ਕਿ ਜਿਹੜਾ ਢੋਆ ਢੁਆਈ ਹੈਗੀ ਹੈ, ਆਪਾਂ ਕਹੀਏ ਫੂਡ ਐਂਡ ਸਪਲਾਈ ਦੇ ਵਿੱਚ ਜਿਹੜੀ ਮਾਲ ਹੁੰਦਾ ਹੈ, ਜਿਹੜੀ ਚਾਹੇ ਕਣਕ ਹੈ ਚਾਹੇ ਉਹ ਚਾਹੇ ਚੌਲ ਨੇ, ਉਹ ਢੋਆ ਢੁਆਈ ਹੁੰਦੀ ਹੈ ਅਤੇ ਉਹ ਜਾ ਕੇ ਗੋਦਾਮਾਂ 'ਚ ਲਗਾਇਆ ਜਾਂਦਾ, ਬੜੇ ਬੜੇ ਟਰੱਕ ਜਾਂਦੇ ਨੇ। ਪਰ ਇਸ ਢੋਆ ਢੁਆਈ ਦੇ ਵਿੱਚ ਤਕਰੀਬਨ 2000 ਕਰੋੜ ਦਾ ਜਿਹੜਾ ਸੀਗਾ ਘੁਟਾਲਾ ਹੋਇਆ ਸੀਗਾ, ਬਿਜਨਸ ਪੰਜਾਬ ਬਿਜਨਸ ਬਿਊਰੋ ਨੇ ਪਕੜਿਆ ਸੀਗਾ। ਕਿਉਂਕਿ ਇਹ ਗੱਲ ਆਈ ਸੀਗੀ ਕਿ ਜਿਹੜੇ ਵਾਹਨ ਨੇ ਟਰੱਕ ਸੀਗੇ, ਟਰੱਕਾਂ ਦੀ ਥਾਂ ਦੇ ਉੱਪਰ ਟਰੱਕ ਦੀ ਥਾਂ ਮਤਲਬ ਕਿ ਵਰਤੇ ਨਹੀਂ ਗਏ, ਸਕੂਟਰਾਂ ਦੇ, ਮੋਟਰਸਾਈਕਲਾਂ ਦੇ, ਆਟੋ ਦੇ, ਐਕਟਿਵਾ ਦੇ, ਇਹੋ ਜਿਹੀਆਂ ਗੱਡੀਆਂ ਦੇ ਨੰਬਰ ਵਿੱਚੋਂ ਜਿਹੜੇ ਵਿਜੀਲੈਂਸ ਬਿਊਰੋ ਪੰਜਾਬ ਨੂੰ ਮਿਲੇ ਸੀਗੇ ਕਿ ਕੁਝ ਸ਼ਿਕਾਇਤਾਂ ਸੀਗੀਆਂ, ਠੇਕੇਦਾਰਾਂ ਨੇ ਸ਼ਿਕਾਇਤ ਕੀਤੀ ਸੀਗੀ ਜਿਹੜੇ ਘੁਟਾਲਾ ਹੋਇਆ ਇਹ ਜਾਂਚ ਹੋਣੀ ਚਾਹੀਦੀ ਹੈਗੀ ਹੈ। ਅਤੇ ਇਹ ਜਿਹੜੀ ਜਾਂਚ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਕਿ 2000 ਕਰੋੜ ਰੁਪਏ ਦਾ ਘੁਟਾਲਾ ਹੋਇਆ, ਤਾਂ ਪਿਛਲੇ ਸਾਲ ਉਹਨਾਂ ਨੂੰ ਬਿਜਨਸ ਨੇ ਗ੍ਰਿਫਤਾਰ ਕੀਤਾ ਸੀਗਾ। ਉਹੀ ਡਾਕੂਮੈਂਟ ਪੂਰੇ ਜਿਹੜੇ ਸੀਗੇ ਬਿਜਨਸ ਬਿਊਰੋ ਤੋਂ ਈਡੀ ਨੇ ਲਏ ਸੀਗੇ। ਈਡੀ ਨੇ ਪੂਰੀ ਬਿਜਨਸ ਦੀ ਜਾਂਚ ਸਬੂਤ ਔਰ ਜਿਹੜੀਆਂ ਹੋਰ ਉਹਦੇ ਬੇਨਾਮੀਆਂ ਪਈਆਂ ਗਈਆਂ ਸਾਰੀਆਂ ਹੀ ਈਡੀ ਨੇ ਦੱਸਿਆ ਸੀਗਾ। ਅਤੇ ਈਡੀ ਪਿਛਲੇ ਸਾਲ ਤੋਂ ਮਤਲਬ ਕਿ 6 ਮਹੀਨੇ ਤੋਂ ਤਕਰੀਬਨ ਇਸ ਤਰ੍ਹਾਂ ਦੀ ਘੋਖ ਕਰ ਰਹੀ ਸੀਗੀ, ਤਾਂ ਘੋਖ ਦੇ ਦੌਰਾਨ ਜੋ ਗੱਲਾਂ ਸਾਹਮਣੇ ਆਈਆਂ ਤਾਂ ਉਹਦੇ ਆਧਾਰ ਦੇ ਉੱਪਰ ਉਹਨਾਂ ਨੂੰ ਈਡੀ ਨੇ ਕੁਛ ਕਿਸੇ ਲਈ ਬੁਲਾਇਆ ਸੀਗਾ। ਇਹ ਨਹੀਂ ਕਿ ਈਡੀ ਨੇ 2 ਦਿਨ ਪਹਿਲਾਂ ਬੁਲਾਇਆ, ਪਰ ਜਾਂਚ ਜਿਹੜੇ ਕਾਗਜ਼ ਸੀਗੇ ਬਿਜਨਸ ਬਿਊਰੋ ਨੇ ਬਿਊਰੋ ਕੋਲੋਂ ਪਹਿਲਾਂ ਲੈ ਲਏ ਸੀਗੇ ਈਡੀ ਨੇ, ਉਹਦੀ ਜਾਂਚ ਕਰ ਰਹੇ ਸੀਗੇ। ਤਾਂ ਜਿਹੜਾ ਪਰਸੋਂ ਸੀਗਾ ਉਹਨਾਂ ਨੂੰ ਸੰਮਨ ਭੇਜੇ ਕਿ ਤੁਸੀਂ ਈਡੀ ਸਾਹਮਣੇ ਆ ਕੇ ਇਸ ਮਾਮਲੇ ਵਿੱਚ ਜਿਹੜਾ ਟੈਂਡਰ ਘੁਟਾਲਾ ਆਪਾਂ ਕਹੀਏ ਢੋਆ ਢੋਆਈ ਟੈਂਡਰ ਘੁਟਾਲਾ ਹੋਇਆ ਸੀਗਾ, ਸੂਟ ਦੇ ਵਿੱਚ ਆਪਣੇ ਜਿਹੜੀ ਹੈਗੀ ਆ ਉਹ ਸ਼ਾਮਿਲ ਹੋਵੋ। ਤਾਂ ਇਹ ਗੱਲ ਕੱਲ੍ਹ ਸਵੇਰੇ ਹੀ ਸਾਬਤ ਹੋ ਗਈ ਸੀਗੀ ਕਿ ਅੱਜ ਜਿਹੜੇ ਭਾਰਤ ਭੂਸ਼ਣ ਆਸ਼ੂ ਆ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈਗੀ, ਅਤੇ ਸ਼ਾਮ ਆਉਂਦੇ ਆਉਂਦੇ ਇਹ ਗ੍ਰਿਫਤਾਰੀ ਦੀ ਉਹਨਾਂ ਨੇ ਘੋਸ਼ਣਾ ਵੀ ਕਰਤੀ। ਪਰ ਦੇਖੋ ਜਿਹੜੇ ਸਵਾਲ ਨੇ, ਬਹੁਤ ਸਾਰੇ ਸਵਾਲ ਸੀਗੇ ਹੁੰਦੇ ਆ,
ਉਹਦੇ ਵਿੱਚ ਜਿਹੜੇ ਨੇ ਕਿੱਥੋਂ ਪੈਸੇ ਆਏ, ਸਕੂਟਰਾਂ ਦਾ ਨੰਬਰ ਕਿੱਦਾਂ ਆਏ, ਟੈਕਸੀਆਂ ਦਾ ਨੰਬਰ ਕਿੱਦਾਂ ਆਏ, ਆਪਾਂ ਗੱਲ ਕਰੀਏ ਆਟੋ ਦਾ ਨੰਬਰ ਕਿੱਦਾਂ ਆਏ ਟਰੱਕਾਂ ਦੀ ਥਾਂ ਦੇ ਉੱਪਰ, ਇਹ ਉਹ ਸਵਾਲ ਸੀ ਜਿਹਨਾਂ ਦਾ ਜਵਾਬ ਨਹੀਂ ਮਿਲੇ ਵੀ ਇਹਨਾਂ ਦੀ ਪ੍ਰੋਪਰਟੀਆਂ ਬਣੀਆਂ ਨੇ ਉਹ ਕਿੱਥੋਂ ਆਈਆਂ ਨੇ, 20 ਬੰਦੇ ਇਹਦੇ ਵਿੱਚ ਗ੍ਰਿਫਤਾਰ ਕੀਤੇ ਨਾਮਜ਼ਦ ਕੀਤੇ ਗਏ ਸੀਗੇ, ਉਹਨਾਂ 'ਚ ਬਹੁਤ ਸਾਰੇ ਬੰਦੇ ਨੇ ਜਿਹੜੇ ਉਹ ਗ੍ਰਿਫਤਾਰ ਕੀਤੇ, ਇੱਕ ਜਿਹੜੇ ਸੀ ਡਾਇਰੈਕਟਰ ਸੀਗੇ ਉਹ ਹਜੇ ਵੀ ਜਿਹੜੇ ਨੇ ਫਰਾਰ ਨੇ ਵਿਦੇਸ਼ ਤੋਰ ਗਏ ਸੀਗੇ ਅਤੇ ਉਹਨਾਂ ਨੂੰ ਪੀ ਓ ਜਿਹੜਾ ਹੈਗਾ ਘੋਸ਼ਿਤ ਕੀਤਾ ਗਿਆ ਹੈਗਾ ਬਿਜ਼ਨਸ ਬਿਊਰੋ ਵੱਲੋਂ ਕਰਵਾਇਆ ਗਿਆ ਹੈਗਾ, ਇਹ ਸਾਰੀ ਜਾਂਚ ਜਿਹੜੀ ਉਹੀ ਜਾਂਚ ਸੀਗੀ, ਉਹਦੇ ਆਧਾਰ 'ਤੇ ਹੀ ਜਿਹੜੇ ਭਾਰਤ ਵਿੱਚ ਆਸੂ ਹੈਗੇ ਨੇ ਉਹ ਹੁਣ ਈਡੀ ਨੇ ਗ੍ਰਿਫਤਾਰ ਕੀਤੇ, ਤਾਂ ਇਸ ਮਸਲੇ ਦੀ ਹੁਣ ਡੂੰਘਾਈ ਨਾਲ ਹੋਰ ਜਾਂਚ ਕੀਤੀ ਜਾ ਜੀ ਦਵਿੰਦਰ। ਤਾਂ ਮਨੋਜ, ਜਿਸ ਤਰੀਕੇ ਨਾਲ ਬੀਤੇ ਦਿਨੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਹੁੰਦੀ ਹੈ, ਹਾਲਾਂਕਿ ਅਧਿਕਾਰੀਆਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਮੀਡੀਆ ਤੋਂ ਦੂਰੀ ਵੀ ਜ਼ਰੂਰ ਬਣਾਈ ਗਈ ਹੈ, ਪਰ ਗ੍ਰਿਫਤਾਰੀ ਜੋ ਇਹ ਹੋਈ ਹੈ ਇਸ ਪੂਰੇ ਮਾਮਲੇ ਤੇ ਪਿਛਲੇ ਸਾਲ ਤੋਂ ਹੀ ਜਾਂਚ ਪੜਤਾਲ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ। ਕਿੰਨੇ ਵਜੇ ਇਹ ਸੁਣਵਾਈ ਹੋਵੇਗੀ, ਕੀ ਕੁਝ ਜਾਣਕਾਰੀ ਸੁਣਵਾਈ ਨੂੰ ਲੈ ਕੇ ਕਿੰਨੇ ਵਜੇ ਇਹ ਸੁਣਵਾਈ ਰੱਖੀ ਗਈ ਹੈ? ਬਿਲਕੁਲ, ਪਿਛਲੇ ਸਾਲ ਜਿਹੜੀ ਜਾਂਚ ਸੀਗੀ ਬਿਜ਼ਨਸ ਬਿਊਰੋ ਨੇ ਕੀਤੀ ਸੀ, ਐਫ ਆਈ ਆਰ ਦਰਜ ਕੀਤੀ, ਫਿਰ ਗ੍ਰਿਫਤਾਰ ਕੀਤਾ, ਫਿਰ ਕੁਛ ਜੇਲ੍ਹ ਗਏ, ਉਸ ਤੋਂ ਉਹਨਾਂ ਨੂੰ ਜਿਹੜੀ ਸੀਗੀ ਜੇਲ੍ਹ ਤੋਂ ਜ਼ਮਾਨਤ ਮਿਲ ਗਈ ਸੀਗੀ। ਹੁਣ ਜਿਹੜੀ ਇਹ ਨਵੀਂ ਗ੍ਰਿਫਤਾਰੀ ਹੋਈ ਹੈਗੀ ਹੈ ਇਹਦੇ ਵਿੱਚ ਕੀ ਹੈਗਾ, ਅੱਜ ਕੋਰਟ 'ਚ ਪੇਸ਼ ਕੀਤਾ ਜਾਊਗਾ ਅਤੇ ਜਿਹੜੀ ਬਿਜ਼ਨਸ ਈਡੀ ਹੈਗੀ ਆ ਉਹ ਕੋਰਟ ਤੋਂ ਭਾਰਤ ਭੂਸ਼ਣ ਆਸ਼ੂ ਦਾ ਜਿਹੜਾ ਰਿਮਾਂਡ ਹੈਗਾ ਜਾਂਚ ਵਾਸਤੇ ਮੰਗੇਗੀ। ਪਰ ਇਹ ਗੱਲ ਸਾਫ਼ ਸੀਗੀ ਕਿ ਜੋ ਈਡੀ ਹੁੰਦੀ ਹੈ ਉਹਦੇ ਅਧਿਕਾਰੀ ਕੋਈ ਜ਼ਿਆਦਾ ਗੱਲ ਨਹੀਂ ਕਰਦੇ ਹੈਗੇ, ਜੋ ਵੀ ਗੱਲ ਹੁੰਦੀ ਜਿਹੜੇ ਉੱਚ ਅਧਿਕਾਰੀ ਨੇ ਉਹੀ ਉਹਦੀ ਜਿਹੜੀ ਹੈਗੀ ਪ੍ਰੈਸ ਵੀ ਜਾਰੀ ਕਰਦੇ ਹੈਗੇ ਨੇ, ਇਹ ਈਡੀ ਦਾ ਇੱਕ ਕਲਚਰ ਹੈਗਾ ਆ, ਅਤੇ ਇਸ ਕਰਕੇ ਜਿਹੜੇ ਅਧਿਕਾਰੀ ਸੀ ਗੱਲ ਨਹੀਂ ਕਰਦੇ। ਪਰ ਇਹ ਗੱਲ ਸਾਫ਼ ਸੀਗੀ, ਇਹਨਾਂ ਨੇ ਦੱਸਣਾ ਹੁੰਦਾ ਕਿ ਅਸੀਂ ਉਹਨੂੰ ਗ੍ਰਿਫਤਾਰ ਕਰ ਲਿਆ, ਅਤੇ ਗ੍ਰਿਫਤਾਰੀ ਤੋਂ ਬਾਅਦ ਹੁਣ ਕੋਰਟ ਜਾਣਗੇ, ਕੋਰਟ ਜਿਹੜਾ ਹੈਗਾ ਉਹ ਤੋਂ ਰਿਮਾਂਡ ਮੰਗਿਆ ਜਾਊਗਾ, ਜਿਹੜੀ ਰਿਮਾਂਡ ਮਿਲਣੀ ਮੰਗੇਗੀ ਅੱਜ, ਅਤੇ ਰਿਮਾਂਡ ਕਿੰਨੇ ਦਿਨ ਮਿਲਦਾ, ਇੱਕ ਦਿਨ ਦਾ ਮਿਲਦਾ, ਦੋ ਦਿਨ ਦਾ ਮਿਲਦਾ ਜਾਂ 4 ਮਹੀਨੇ ਦਾ ਮਿਲਦਾ, ਕਿੰਨਾ ਉਹ ਜਿਹੜੀ ਰਿਮਾਂਡ ਮੰਗਦੀ ਔਰ ਕਿੰਨਾ ਪਾਸ ਹੁੰਦਾ ਇਹ ਵੀ ਹੁਣ ਜਿਹੜਾ ਹੈਗਾ ਇਹ ਅੱਜ ਦੁਪਹਿਰ ਤੱਕ ਜਿਹੜਾ ਹੈਗਾ ਸਭ ਤੋਂ ਸਾਫ਼ ਹੋ ਜਾਵੇਗਾ ਜੀ। ਠੀਕ ਹੈ ਮਨੋਜ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹਮ ਜਾਣਕਾਰੀ ਤੋਂ ਸਰ, ਦਰਸ਼ਕਾਂ ਨਾਲ ਸਾਂਝਾ ਕੀਤੇ ਅਤੇ ਲਗਾਤਾਰ ਇਸ ਖਬਰ ਤੇ ਆਪਣੀ ਨਜ਼ਰ ਬਣਾਏ ਰੱਖਿਓ, ਪਲ ਪਲ ਦੀ ਅਪਡੇਟ ਤੁਹਾਡੇ ਤੋਂ ਜ਼ਰੂਰ ਲੈਂਦੇ ਲਵਾਂਗੇ। ਤਾਂ ਅੱਜ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਜਿਨ੍ਹਾਂ ਨੂੰ ਪੇਸ਼ ਕੀਤਾ ਜਾਣਾ, ਹਾਲਾਂਕਿ ਕੀ ਕੁਝ ਇਸ ਪੂਰੇ ਮਾਮਲੇ ਤੋਂ ਸੁਣਵਾਈ ਹੋਵੇਗੀ ਵੇਖਣਾ ਬੇਹੱਦ ਅਹਿਮ ਰਹਿਣ ਵਾਲਾ।